ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੱਲ ਸਬਜ ਅਤੇ ਕਾਲੀ ਦਾ ਜ਼ਿਕਰ ਕਈ ਵਾਰੀ ਆਇਆ ਹੈ। ਜੋੜਾ ਅਰਥ ਹੈ ਸਮਾਂ, ਕਾਲ ਦਾ ਅਰਥ ਹੈ ਕਲਾ ਕਲੇਸ਼ ਚੱਲੇ ਗਏ। ਭਾਵ ਕਿ ਉਹ ਸਮਾਂ ਜਦੋਂ ਮਨੁੱਖ ਦੇ ਅੰਦਰ ਕਲਾ ਕਲੇਸ਼ ਵਿਸ਼ੇ ਦੇ ਅਨੇਕਾਂ ਤਰ੍ਹਾਂ ਦੇ ਝਗੜੇ, ਚਿੰਤਾਵਾਂ, ਦੁੱਖ, ਰੋਗ, ਅਨੇਕਾਂ ਤਰ੍ਹਾਂ ਦੇ ਭਾਵ ਵਿਕਾਰ, ਐਸਾ ਜਿਹੜਾ ਸਮਾਂ ਉਦੋਂ ਆਉਂਦਾ ਹੈ ਜਦੋਂ ਕਿ ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ, ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਬਾਣੀ ਵਿੱਚ ਬਚਨ ਆਏ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਜੁੜਦਾ, ਜਿਸ ਘੜੀ ਨੂੰ ਪਰਮਾਤਮਾ ਨਹੀਂ ਮਿਲਦਾ, ਜਦੋਂ ਮਨੁੱਖ ਪਰਮਾਤਮਾ ਤੋਂ ਟੁੱਟ ਜਾਂਦਾ ਹੈ, ਔਰ ਉਹ ਜਿਹੜਾ ਵਿਸ਼ੇ ਦਾ ਸਮਾਂ ਹੈ ਅਸਲ ਦੇ ਵਿੱਚ ਉਹ ਕਲਯੁਗ ਦਾ ਸਮਾਂ ਹੈ। ਅਸਲ ਬਾਤ ਦੇ ਵਿੱਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਯੁੱਗਾਂ ਦੀ ਬੜੀ ਸੁੰਦਰ ਵਿਆਖਿਆ ਕੀਤੀ। ਕਹਿੰਦੇ ਅਸਲ ਦੇ ਵਿੱਚ ਸਤਯੁਗ ਹੀ ਹੈ। ਸਤ ਦਾ ਅਰਥ ਹੈ ਸੱਚ, ਪਰਮੇਸ਼ਰ। ਭਾਵ ਕਿ ਉਹ ਸਮਾਂ ਜਦੋਂ ਕਿ ਮਨੁੱਖ ਸੱਚ ਦੇ ਨਾਲ ਜੁੜ ਜਾਏ, ਪਰਮਾਤਮਾ ਦੇ ਨਾਲ ਜੁੜ ਜਾਏ। ਸਤਯੁਗ ਰਾਜ ਸੰਦੂਰ ਦਾ ਧਰਮ ਅੱਗੇ ਨਿਰਵਾਹ। ਭਾਵ ਕਿ ਸੰਦੂਰ ਦਾ ਰੱਥ ਹੋਵੇ ਤੇ ਅਰਥਾਂ ਚਲਾਉਣ ਵਾਲਾ ਅੱਗੇ ਧਰਮ ਹੋਵੇ। ਭਾਵ ਕਿ ਮਨੁੱਖ ਦੇ ਜੀਵਨ ਦੇ ਵਿੱਚ ਸੰਦੂਰ ਹੋਵੇ ਤੇ ਮਨੁੱਖ ਧਰਮੀ ਹੋਵੇ, ਐਸਾ ਬੰਦਾ ਮਾਨੋ ਸਤਯੁਗੀ ਨਹੀਂ। ਪਰ ਜਦੋਂ ਕਲਯੁਗ ਦੀ ਗੱਲ ਕੀਤੀ ਕਹਿੰਦੇ ਕਲਯੁਗ ਰਾਤ ਅਗਨ ਦਾ ਪੂਰਕ ਅੱਗਾ ਨਿਰਵਾਹ, ਤ੍ਰਿਸ਼ਨਾ ਦੀ ਅੱਗ ਦਾ ਰੱਥ ਹੈ ਤੇ ਝੂਠ ਅੱਗੇ ਚਲਾਉਣ ਵਾਲਾ। ਭਾਵ ਕਿ ਮਨੁੱਖ ਤ੍ਰਿਸ਼ਨਾਦੁਰ ਹੋਵੇ, ਮਨੁੱਖ ਝੂਠਾ ਹੋਵੇ, ਐਸਾ ਬੰਦਾ ਉਹ ਸਮਝੋ ਕਲਯੁਗ। ਸਾਡੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਮਥੁਰਾ ਗਏ, ਕਿਉਂਕਿ ਹਿੰਦੂ ਮਤ ਦੇ 88 ਪ੍ਰਸਿੱਧ ਕੀਰਤ ਨੇ ਤੇ ਉਹਨਾਂ 88 ਕੀਰਤਾਂ ਦੇ ਵਿੱਚੋਂ ਇੱਕ ਇਹ ਮਥੁਰਾ ਵੀ ਹੈ। ਆਪਣੀ ਪਹਿਲੀ 81 ਸਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਿੰਦੂ ਕੀਰਤਾਂ ਦੇ ਗਏ। ਜਦੋਂ ਮਥੁਰਾ ਗਏ ਉੱਥੇ ਜਾ ਕੇ ਵੇਖਿਆ ਕਿ ਕੀਰਤਾਂ ਦੇ ਵਸਣ ਵਾਲੇ ਲੋਕ ਉਹਨਾਂ ਦਾ ਜੀਵਨ ਬਹੁਤਾ ਪਹੁੰਚਾ ਜਾਂਦਾ। ਭਾਈ ਮਰਦਾਨਾ ਜੀ ਨਾਲ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਮਹਾਰਾਜ ਇਹ ਤੀਰਥਾਂ ਦੇ ਵਸਣ ਵਾਲੇ ਲੋਕ ਇਹਨਾਂ ਦਾ ਜੀਵਨ ਕਿੰਨਾ ਮਾੜਾ ਕਰ ਗਿਆ, ਇੱਥੇ ਕਿੰਨੇ ਪਾਪ ਅਨੰਤ ਕਿਉਂ ਹੋ ਰਹੇ ਨੇ। ਇੱਕ ਭਗਤ ਨੂੰ ਬੁਲਾਇਆ ਹੈ ਸਤਿਗੁਰ ਪਾਤਸ਼ਾਹ, ਪੁੱਛਣ ਲੱਗੇ ਕਿ ਤੀਰਥਾਂ ਦੇ ਕਿੰਨੇ ਪਾਪ ਕਿਉਂ ਹੁੰਦੇ ਨੇ। ਉਹ ਕਹਿੰਦੇ ਕਿ ਇਹ ਕਲਯੁਗ ਦਾ ਪ੍ਰਭਾਵ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਕਿੱਥੇ ਹੈ ਕਲਯੁਗ, ਸਾਨੂੰ ਵੀ ਦਿਖਾ। ਉਹ ਕਿਤੇ ਕੋਈ ਡੇਰਾ ਲਗਾ ਕੇ ਬੈਠਾ, ਕਿਤੇ ਕੋਈ ਤੰਬੂ ਲਗਾ ਕੇ ਬੈਠਾ ਹੈ, ਅਸੀਂ ਉਸਨੂੰ ਸਮਝਾਈ ਦਈਏ ਕਿ ਤੂੰ ਮਨੁੱਖਤਾ ਦਾ ਕਿੰਨਾ ਕੁਛ ਸਾਧਨਾ ਕਰ। ਉਹ ਪੰਡਤ ਬੜਾ ਹੈਰਾਨ ਹੋਇਆ ਕਿ ਮੈਂ ਕਿਸ ਤਰ੍ਹਾਂ ਦਿਖਾਵਾਂ। ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਇਹ ਮਨੁੱਖ ਦੀ ਕਮਜ਼ੋਰੀ ਹੈ। ਜਿਹੜਾ ਸੂਰਜ ਇਹ ਪਹਿਲਾਂ ਸਤਿਗੁਰ ਦੇ ਮੇਰੇ ਚੜ੍ਹਦਾ ਸੀ, ਉਹੀ ਸੂਰਜ ਹੁਣ ਚੜ੍ਹ ਗਿਆ ਹੈ। ਜਿਹੜਾ ਚੰਦਰਮਾ ਉਦੋਂ ਸੀ, ਉਹੀ ਚੰਦਰਮਾ ਹੁਣ ਹੈ। ਜਿਹੜੇ ਤਾਰੇ ਉਦੋਂ ਚਮਕਦੇ ਸਨ, ਉਹੀ ਤਾਰੇ ਹੁਣ ਚਮਕਦੇ ਨੇ। ਜਿਹੜੀ ਹਵਾ ਉਦੋਂ ਚੱਲਦੀ ਸੀ, ਉਹੀ ਹਵਾ ਹੁਣ ਚੱਲਦੀ ਹੈ। ਪਰ ਜਿਹੜੀ ਧਰਤੀ ਉਦੋਂ ਸੀ, ਉਹੀ ਧਰਤੀ ਹੁਣ ਹੈ। ਜਦੋਂ ਸਭ ਕੁਝ ਉਹ ਹੈ, ਫਿਰ ਇਹ ਕਲਯੁਗ ਕਿੱਥੋਂ ਆ ਗਿਆ? ਸਤਿਗੁਰ ਪਾਤਸ਼ਾਹ ਜੀ ਵਚਨ ਦੇ ਸੋਈ ਚੰਦ ਕਿਹੜਾ ਸੀ ਤਾਰੇ, ਸੋਈ ਇੰਦਰ ਤੱਤ ਹੈ, ਸਾ ਧਰਤੀ ਸਭ ਪਹੁੰਚ ਤਾਰੇ, ਜੁਗ ਜੀਵ ਇਹਦੇ ਥਾਂ ਕੈਸੇ ਸੀ। ਕਹਿੰਦੇ ਕਿ ਕਿਹੜੀ ਥਾਂ ਹੈ ਜਿੱਥੇ ਕਿ ਕਲਯੁਗ ਖਿੜ ਰਿਹਾ ਹੈ? ਕਹਿੰਦੇ ਅਸਲ ਦੇ ਵਿੱਚ ਇਹ ਕਲਯੁਗ ਖਿੜਦਾ ਹੈ ਮਨੁੱਖ ਦੇ ਮਨਾਂ ਦੇ ਅੰਦਰ। ਇਹ ਕੋਈ ਬਾਹਰ ਦੀਆਂ ਗੱਲਾਂ ਨਹੀਂ, ਇਹ ਮਨੁੱਖ ਦੇ ਅੰਦਰ ਦੀਆਂ ਹੀ ਉਹਾਲਤਾਂ ਨੇ। ਜੀਵਨ ਕਦ ਬਦਲਾਲ ਹੋਵੇ, ਪਰ ਬਾਣਾ ਕਰੇ ਤੇ ਬਾਣਾ ਕਰ ਰੱਖਣ ਵਿਚਾਰ। ਕਹਿੰਦੇ ਕਲਯੁਗ ਦੇ ਲੱਛਣ ਕੀ ਨੇ? ਹੋਵੇ ਪਰ ਬਾਣਾ ਕਰੇ ਤੇ ਬਾਣਾ। ਜਦੋਂ ਕੋਈ ਤਾਕਤਵਰ ਬੰਦਾ ਕਿਸੇ ਦੇ ਜ਼ੁਲਮ ਕਰੇ ਤੇ ਉਸਨੂੰ ਸੰਸਾਰ ਵਿੱਚ ਪ੍ਰਮਾਣ ਮੰਨ ਲਿਆ ਜਾਏ, ਕਹਿੰਦੇ ਦੇਵੀ ਦੇ ਕਲਯੁਗ ਦੇ ਦਸ਼ਾ ਚ। ਭਾਵ ਕਿ ਮਨੁੱਖ ਦੇ ਜੀਵਨ ਦੇ ਵਿੱਚ ਅਨੰਤ ਹੋਵੇ, ਮਨੁੱਖ ਦੇ ਜੀਵਨ ਦੇ ਵਿੱਚ ਪਾਪ ਹੋਵੇ, ਐਸਾ ਬੰਦਾ ਇਹ ਮਨ ਕਲਯੁਗੀ ਹੈ। ਪਰ ਉਹ ਸੱਚ ਦੇ ਨਾਲ ਜੁੜਿਆ ਹੈ, ਧਰਮ ਦੇ ਨਾਲ ਜੁੜਿਆ ਹੈ, ਜੀਵਨ ਦੇ ਵਿੱਚ ਸੰਤੋਖ ਹੈ, ਉਹ ਬੰਦਾ ਸਤਯੁਗੀ ਹੈ। ਹੁਣ ਪ੍ਰਗਟਾਵ ਦੇ ਬਾਰੇ ਵੀ ਕਹਿੰਦੇ ਨੇ ਕਿ ਉਹ ਸਤਯੁਗ ਦੇ ਵਿੱਚ ਹੋਇਆ ਹੈ, ਪਰ ਉਸੇ ਸਮੇਂ ਹਰਨਾਕਸ਼ੀ ਪੈਦਾ ਹੋਇਆ ਜੋ ਇੱਕ ਮਹਾਨ ਕਲਯੁਗੀ ਸੀ। ਤ੍ਰੇਤੇ ਦੇ ਵਿੱਚ ਸ੍ਰੀ ਰਾਮ ਚੰਦਰ ਜੀ ਹੋਏ, ਪਰ ਉਸੇ ਸਮੇਂ ਤੇ ਇੱਕ ਮਹਾਨ ਕਲਯੁਗੀ ਰਾਵਣ ਵੀ ਹੈ। ਇਸੇ ਤਰ੍ਹਾਂ ਦੁਆਪਰ ਦੇ ਵਿੱਚ ਮੰਨਦੇ ਨੇ ਕਿ ਕ੍ਰਿਸ਼ਨ ਜੀ ਨੇ
ਪਰ ਉਸੇ ਸਮੇਂ ਇੱਕ ਵੱਡਾ ਕਲਯੁਗੀ ਇੱਕ ਅੰਸ ਵੀ ਮੌਜੂਦ ਹੈ। ਤੋ ਗੁਰਮਤ ਨੇ ਕਿਸ ਤਰ੍ਹਾਂ ਦੀ ਕਿਸੇ ਸਮੇਂ ਦੀ ਵਰਤੋਂ ਨਹੀਂ ਮੰਨਿਆ ਕਿ ਕਹਿੰਦੇ ਕੋਈ ਐਸਾ ਸਮਾਂ ਸੀ ਜਦੋਂ ਸਤਯੁਗੀ ਸੀ ਔਰ ਹੁਣ ਇਹ ਸਮਾਂ ਹੈ ਕਿ ਹੁਣ ਕਲਯੁਗ ਹੈ। ਅਸਲ ਦੇ ਵਿੱਚ ਇਹ ਮਨੁੱਖ ਦੇ ਅੰਦਰ ਦੀਆਂ ਦੋ ਭਾਗਾਂ ਨੇ। ਜਦੋਂ ਕੋਈ ਮਨੁੱਖ ਪਰਮਾਤਮਾ ਤੋਂ ਟੁੱਟ ਜਾਏ, ਜੀਵਨ ਦੇ ਵਿੱਚ ਪਾਪ ਆ ਜਾਣ, ਐਸਾ ਬੰਦਾ ਇਹ ਕਲਯੁਗੀ ਨਹੀਂ। ਜੀਵਨ ਦਾ ਬਦਲਾ ਇਹ ਭਾਈ ਆਪਣੇ ਅੰਦਰ ਦਾ ਸਵਾਰ ਛੱਡ ਇਸ ਸਵਾਰਥੀ ਜੀਵਨ ਅਸਲ ਦੇ ਵਿੱਚ ਇਹ ਕਲਯੁਗੀ ਜੀਵਨ ਹੈ। ਤੇ ਸਤਿਗੁਰ ਪਾਤਸ਼ਾਹ ਦੇ ਬਾਣੀ ਦੇ ਵਿੱਚ ਇਹ ਬਚਨ ਹੈ ਕਿ ਜਿਹੜੇ ਮਨੁੱਖ ਸੱਚ ਦੇ ਨਾਲ ਜੁੜ ਜਾਂਦੇ ਨੇ, ਨਾਮ ਦੇ ਨਾਲ ਜੁੜ ਜਾਂਦੇ ਨੇ, ਉਹ ਅੱਜ ਵੀ ਮਨ ਨੂੰ ਸਤਿਗੁਰ ਦੇ ਵਿੱਚ ਰਹਿ ਰਹੇ। ਪਰ ਜਿਹੜੇ ਨਾਮ ਤੋਂ ਟੁੱਟੇ ਨੇ, ਰੱਬ ਤੋਂ ਟੁੱਟੇ ਨੇ, ਉਹ ਬੰਦੇ ਕਲਯੁਗੀ ਨੇ। ਜੇ ਤਾਂ ਮਨੁੱਖ ਚਾਹੁੰਦਾ ਹੈ ਕਿ ਮੇਰਾ ਵਾਸਾ ਸਤਿਗੁਰ ਦੇ ਵਿੱਚ ਹੋਵੇ, ਇਹ ਅੱਜ ਵੀ ਜੇਕਰ ਸੰਸਾਰ ਪਰਮੇਸ਼ਰ ਦੇ ਚਾਰ ਨਾਲ ਜੁੜ ਜਾਏ, ਅੱਜ ਵੀ ਜੇਕਰ ਮਨੁੱਖ ਦੇ ਅੰਦਰ ਇਨਸਾਨੀਅਤ ਆ ਜਾਏ, ਕਿਉਂਕਿ ਅਸੀਂ ਦੇਖਦੇ ਹਾਂ ਕਿ ਮਨੁੱਖ ਦੇ ਅੰਦਰ ਇਨਸਾਨੀਅਤ ਨਹੀਂ। ਇਸ ਨੂੰ ਅੱਖਾਂ ਜ਼ਰੂਰ ਇਨਸਾਨਾਂ ਵਾਲੀਆਂ ਮਿਲ ਗਈਆਂ, ਪਰ ਇਸਦੀ ਦੇਖੀ ਇਨਸਾਨਾਂ ਵਾਲੀ ਨਹੀਂ। ਪੈਰ ਇਸਦੇ ਮਨੁੱਖਾਂ ਵਾਲੇ ਨੇ, ਪਰ ਇਸਦੀ ਚਾਲ ਮਨੁੱਖਾਂ ਵਰਗੀ ਨਹੀਂ। ਜ਼ੁਬਾਨ ਤੇ ਮਨੁੱਖ ਦੀ ਮਿਲੀ ਹੈ, ਪਰ ਇਸਦੇ ਦਿਲ ਮਨੁੱਖਾਂ ਵਾਲੇ ਨੇ। ਇਸੇ ਦੀ ਪਾਤਸ਼ਾਹ ਇਹ ਬਚਨ ਕਹਿੰਦੇ ਪਏ ਤਾਂ ਤੂਤ ਪਸ਼ੂ ਕੀ ਮਾਨਸ ਚਾਲ ਕਿ ਕਹਿ ਕੇ ਮਨੁੱਖਾਂ ਚਾਲ ਵਿੱਚ ਜਨਮਿਆ, ਪਰ ਇਸਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਪਸ਼ੂਆਂ ਵਾਲੀਆਂ ਨੇ। ਇਸਕੇ ਕਰਮ ਇਨਸਾਨਾਂ ਵਾਲੇ ਨੇ। ਪਰ ਜਦੋਂ ਸਹੀ ਇਨਸਾਨੀਅਤ ਮਨੁੱਖ ਦੇ ਅੰਦਰ ਕਰਮ ਹੁੰਦੀ ਹੈ, ਐਸਾ ਬੰਦਾ ਉਹ ਮਾਨੋ ਸਤਿਗੁਰੀ ਹੈ। ਜਿਹੜਾ ਇਨਸਾਨੀਅਤ ਦੇ ਦਰਜ ਨੂੰ ਸਮਝਦਾ ਹੈ ਕਿ ਇਹਦੇ ਆ ਕੇ ਮੇਰੀ ਜ਼ਿੰਦਗੀ ਦਾ ਜ਼ਰੂਰ ਨਹੀਂ ਹੈ, ਜਿਸਦੇ ਅੰਦਰ ਸ਼ੁਭ ਗੁਣ ਨੇ, ਜਿਸਦੇ ਅੰਦਰ ਧਰਮ ਹੈ, ਜਿਸਦੇ ਅੰਦਰ ਸੰਤੋਖ ਹੈ, ਕਿਉਂਕਿ ਸਤਿਗੁਰੂ ਦਾ ਸੰਤੋਖ ਦਾ ਧਰਮ ਅਗਰ ਜਵਾਬ ਜੀਵਨ ਵਿੱਚ ਸੰਤੋਖ ਹੋਵੇ, ਜੀਵਨ ਦੇ ਵਿੱਚ ਧਰਮ ਹੋਵੇ, ਉਹ ਬੰਦਾ ਮਾਨੋ ਸਤਿਗੁਰੀ ਹੈ, ਸਤਿਗੁਰ ਦੇ ਵਿੱਚ ਰਹਿ ਰਿਹਾ ਹੈ। ਪਰ ਕਲਯੁਗ ਦਾ ਅਗਨ ਦਾ ਪੂਰ ਅਗਰ ਜਵਾਬ ਜੀਵਨ ਦੇ ਵਿੱਚ ਕ੍ਰਿਸ਼ਨਾ ਹੈ, ਜੀਵਨ ਦੇ ਵਿੱਚ ਝੂਠ ਹੈ, ਐਸਾ ਬੰਦਾ ਇਹ ਮਾਨੋ ਕਲਯੁਗੀ ਹੈ। ਜੇਕਰ ਮਨੁੱਖ ਚਾਹੁੰਦਾ ਹੈ ਕਿ ਮੈਂ ਕਲਯੁਗ ਦੇ ਵਿੱਚ ਉਤਰ ਕੇ ਸਤਿਗੁਰ ਦਾ ਕਿਉਂ ਜਾਵਾਂ ਤੇ ਗੁਰੂ ਦੇ ਉਪਦੇਸ਼ਾਂ ਦੇ ਅਨੁਸਾਰ ਆਪਣਾ ਜੀਵਨ ਬਣਾਏ। ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲੇ, ਜਦੋਂ ਕਿ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲੇਗਾ, ਤੇ ਅੱਜ ਵੀ ਇਸਦਾ ਵਾਸਾ ਸਤਿਗੁਰ ਦੇ ਵਿੱਚ ਹੋਵੇਗਾ ਔਰ ਇਹ ਕਲਯੁਗ ਤੋਂ ਵੱਧ ਜਾਏਗਾ। ਇਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਾਨੂੰ ਜੀਵਨ ਉਪਦੇਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।